किसान अते आड़तियां दा नूह माश दा रिश्ता हुण केंद्र दी अखां दे विच रड़कण लग पिया। जिस रिश्ते नूं खत्म करन लई केंद्र दी मोदी सरकार कोछियां चालां ते उतर आई है। केंद्रीय खरीद एजेंसी FCI ने नवा फरमान जारी करदिआं किसानां दी फसल दी सीधी अदानगी किसानां दे खाते जमा करवाउण दा फरमान सुनाया, जिस दे तहत अज पूरे सूबे भर दे विच किसानां दे वल्लों FCI दे गोदामां दे बाहर धरने दित्ते जा रहे ने। इसे तहत अज नाभा च वी भारतीय किसान यूनियन एकता उग्राहां दे वल्लों FCI गोदामां दे बाहर रोस प्रदर्शन करके केंद्र सरकार दे खिलाफ जम के नारेबाजी की गई है। जिहड़ा अज धरना नाभे दे विच FCI दे दफ्तर अगे लाया, ये पूरे पंजाब पद्धर धरने चल रहे ने, क्योंकि जिहड़ी कैप्टन सरकार कहिंदी आ वी असीं खरीद बंद नहीं कीती, वधिया तरीके नाल दाणा दाणा चक्कांगे। इन्हां दी इत्थों जिहड़ी नीयत आ साफ जाहर हुंदी आ वी FCI जवाब देगी खरीद तों बारदाने तों, तां आउण वाले समें दे विच किसानां नूं बहुत वड्डी दिक्कत आउणी आ, ना बारदाना मिलना ना साडी फसल समें नाल विकणी आ। वड्डा नुकसान तां इन्हां ने भी कीता जिहड़ी 1 अप्रैल तों शुरू तों लै के अज तक साडी खरीद शुरू हुंदी थी उह 10 अप्रैल तों लागू करती, इधरों मौसम खराब हो गया, कणकां पक्क चुक्कियां ने खेत दे विच ते खरीदण वाला कोई है ही नहीं। इस करके इस विरोध विच इस रोस दे विच ये अज जिहड़ा धरना सारी पूरे पंजाब दे विच तहसील पद्धर जिला पद्धर धरने लगे ने, सारी दफ्तर घेरे हुए ने, तां जो जिहड़ी खरीद आ किसानां दी उह सही ढंग नाल हो सके। रेट दा इक पासे रहेगा, अज तां चाहुंदे आ वी सानूं रेट वधिया मिले, रेट दा रेट सरकार कणक नूं खरीदण तों वी भज रही आ, साल पहलां कहिंदे आ रहे आ वी जिहड़ी सरकार इह भजूगी, अज तुहाडे सारिआं दे सामणे आ सरकार आपदी खरीद तों भज रही आ, इस करके किसान परेशान हो रहे हैं। इस संबंध में जिहड़ा धरना लाया हुआ नाभे दे विच इक तां केंद्र काले कानून लैके आया ते हुण जिहड़ा FCI दे जरिए भी तुहानूं घेरिया जा रहा, किवें देखदे हो? जिहड़े काले कानून इहनां लागू कीते ने उहदे मुताबक इही काम हुण जिहड़े कर रहे ने, पर जिस टाइम काले कानून लागू नहीं दे होए उदों वी इहनां ने पंजाब दी चंगी लुट करी आ। जिहड़ी मक्खी साडी मतलब 2000 रुपये कोल 1890 रुपये ਉਹਦਾ ਰੇਟ ਰੱਖ ਕੇ ਉਹ 1100-1600 ਰੁਪਏ ਕੁਇੰਟਲ ਨੂੰ ਵੀ ਖਰੀਦੀ ਇਹਨਾਂ ਨੇ, ਉਦੋਂ ਖਰੀਦ ਚਾਲੂ ਸੀ, ਉਦੋਂ ਵੀ ਕੈਪਟਨ ਸਾਹਿਬ ਨੂੰ ਕਿਹਾ ਵੀ ਤੇਰੀ ਖਰੀਦ ਚਾਲੂ ਆ ਹਾਲਤਾਂ, ਆ ਤੂੰ ਦੇਖ ਨਾਭੇ ਦੀ ਮੰਡੀ ਦਾ ਹਾਲ, ਖੰਨੇ ਦੀ ਮੰਡੀ ਦਾ ਹਾਲ ਦੇਖ ਲਾ ਕੇ, ਅਤੇ ਅੱਜ ਤਾਂ ਇਹ ਕਹਿੰਦੇ ਅਸੀਂ ਖਰੀਦ ਜਾਰੀ ਰੱਖਾਂਗੇ, ਇਹਨਾਂ ਦੀ MSP ਆ ਜਿਹੜੀ ਉਹ ਜਾਰੀ ਰੱਖਾਂਗੇ, ਅਤੇ ਇੱਧਰੋਂ ਸਰਕਾਰ ਜਿਹੜੀ ਖਰੀਦ ਤੋਂ ਭੱਜ ਰਹੀ ਆ ਸਾਰਿਆਂ ਦੇ ਸਾਹਮਣੇ ਆ, ਸਾਰੇ ਜਾਣਦੇ ਨੇ, ਇਸ ਕਰਕੇ ਵੱਡਾ ਵਿਰੋਧ ਕਰਦੇ ਇਸ ਗੱਲ ਦਾ ਕਿ ਸਰਕਾਰ ਆਪਦੀ ਖਰੀਦ ਤੋਂ ਨਾ ਭੱਜੇ, ਕਿਸਾਨਾਂ ਦੀ ਕਣਕ ਨੂੰ ਖਰੀਦੇ। ਕੈਪਟਨ ਸਾਹਿਬ ਤਾਂ ਕਹਿ ਰਹੇ ਅਸੀਂ ਯਾਨੀ ਕਿ ਆੜਤੀ ਦੇ ਜ਼ਰੀਏ ਵੀ ਪੇਮੈਂਟ ਹੋਊਗੀ ਕਿਸਾਨਾਂ ਨੂੰ, ਜਿਹੜੀ FCI ਦੇ ਜ਼ਰੀਏ ਨਹੀਂ ਹੋਊਗੀ, ਅਸੀਂ ਉਸ ਕੇਂਦਰ ਦੇ ਫਰਮਾਨ ਨੂੰ ਮੰਨਦੇ ਨਹੀਂ। ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਇਹ ਜਿਹੜਾ ਉਪਰਾਲਾ ਠੀਕ ਆ, ਕਿਵੇਂ ਦੇਖਦੇ ਹੋ? ਇਹਦਾ ਵੀ ਅਸੀਂ ਪੂਰਾ ਵਿਰੋਧ ਕਰਦੇ ਹਾਂ ਜੀ, ਕਿਉਂਕਿ ਜਿਹੜੇ ਇਹਨਾਂ ਨੇ ਫਰਦਾਂ ਮੰਗੀਆਂ ਨੇ ਵੀ ਫਰਦਾਂ ਰਾਹੀਂ ਤੁਹਾਡੇ ਖਾਤਿਆਂ 'ਚ ਪੈਸੇ ਪਾਵਾਂਗੇ, ਬਹੁਤ ਗਲਤ ਆ ਇਹ, ਕਿਉਂਕਿ ਕੁਛ ਲੋਕ ਜ਼ਮੀਨ ਠੇਕੇ 'ਤੇ ਲੈ ਕੇ ਪਾਉਂਦੇ ਨੇ, ਉਹ ਆਪਦੇ ਨਾਂ ਦੀ ਫਰਜ਼ ਕਿੱਥੋਂ ਕਢਾ ਕੇ ਲਿਆਉਣਗੇ? ਇਸ ਕਰਕੇ ਅਸੀਂ ਜਿਹੜਾ ਪਹਿਲਾ ਖਰੀਦ ਸਿਸਟਮ ਚੱਲਦਾ ਉਹਦੇ ਵਿੱਚ ਉਸ ਤੋਂ ਵਧੀਆ ਸੁਧਾਰ ਕਰਨ ਦੀ ਲੋੜ ਆ, ਨਾ ਕਿ ਲੋਕਾਂ ਨੂੰ ਤੰਗ ਕਰਨ ਦੀ ਲੋੜ ਆ। ਇਹ ਤਾਂ ਪਰੇਸ਼ਾਨੀਆਂ ਦਾ ਕੰਮ ਕਰਤਾ ਇਹਨਾਂ ਨੇ, ਪਰੇਸ਼ਾਨੀਆਂ ਖੜੀਆਂ ਕਰਤੀਆਂ ਸਾਨੂੰ, ਕਿਹੜੇ ਹਿਸਾਬ ਨਾਲ ਸਾਡੀ ਕਣਕ ਵਿਕੂਗੀ, ਕਿਹੜੇ ਹਿਸਾਬ ਨਾਲ ਇਹਦੇ ਅਨਾਜ ਨੂੰ ਚੱਕਣਗੇ, ਇਹਦਾ ਅਨਾਜ ਸਾਡਾ ਮੰਡੀਆਂ ਜਦੋਂ ਪਹਿਲਾਂ ਵੀ ਰੁੜਿਆ, ਜੇ ਇਹਨਾਂ ਕੋਲ ਬਾਰਦਾਨਾ ਆਉਂਦਾ ਸੀ ਤਾਂ ਲਿਫਟਿੰਗ ਨਹੀਂ ਹੁੰਦੀ, ਜੇ ਲਿਫਟਿੰਗ ਹੁੰਦੀ ਤਾਂ ਬਾਰਦਾਨਾ ਨਹੀਂ ਹੁੰਦਾ। ਇਹ ਤਾਂ ਸ਼ੁਰੂ ਤੋਂ ਸਾਨੂੰ ਦਿੱਕਤਾਂ ਆਉਂਦੀਆਂ ਨੇ, ਐਤਕੀ ਸਾਨੂੰ ਤੋਂ ਵੱਡੀਆਂ ਦਿੱਕਤਾਂ ਆਉਣਗੀਆਂ, ਵੱਡੀਆਂ ਸਮੱਸਿਆਵਾਂ ਸਾਨੂੰ ਸਾਹਮਣਾ ਕਰਨਾ। ਕੈਪਟਨ ਸਾਹਿਬ ਹੈਗੇ ਨਾਲ ਕਿਸਾਨਾਂ ਦੇ ਜਾਂ ਨਹੀਂ, ਕਿਵੇਂ ਦੇਖਦੇ? ਬਿਲਕੁਲ ਹੀ ਕੈਪਟਨ ਸਾਹਿਬ ਮੋਦੀ ਨਾਲ ਰਲਿਆ ਹੋਇਆ, ਮੋਦੀ ਦੇ ਬਣਾਏ ਹੋਏ ਕਾਨੂੰਨ ਲਾਗੂ ਕਰਨ 'ਚ ਪੂਰਾ ਹੱਥ ਆ। ਆ ਸਾਫ ਝਲਕ ਰਹੀਆਂ ਨੇ ਸਾਰੀਆਂ ਗੱਲਾਂ, ਆ ਜਿਹੜਾ 1 ਤਰੀਕ ਤੋਂ ਇਹਨੇ ਖਰੀਦ ਇਸੇ ਨੇ ਸ਼ੁਰੂ ਕਰੀ ਆ, 10 ਤਰੀਕ ਤੋਂ ਹਰੇਕ ਸਾਲ ਸਾਡੀ 1 ਤਰੀਕ ਤੋਂ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਆ ਖਰੀਦ। ਇਹ ਕੈਪਟਨ ਦੇ ਰਾਜ ਵਿੱਚ ਨਵਾਂ ਸਿਸਟਮ ਆਇਆ ਵੀ 10 ਅਪ੍ਰੈਲ ਤੋਂ ਅਪ੍ਰੈਲ ਤੋਂ ਕਣਕ ਖਰੀਦਾਂਗੇ, 10 ਅਪ੍ਰੈਲ ਨੂੰ ਤਾਂ ਸਾਡੇ ਖੇਤਾਂ 'ਚ ਕਣਕ ਨਹੀਂ ਰਹਿਣੀ, ਖੇਤਾਂ ਜਾ ਕੇ ਦੇਖ ਲੈਣ ਚਾਹੇ। ਅਸੀਂ ਇਸੇ ਦੇ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ ਆਪਦੇ ਧਰਨੇ ਮੁਜ਼ਾਹਰੇ ਰੱਖੇ ਨੇ ਜੀ, ਜਿਹੜੀ FCI ਇਹਨਾਂ ਦੇ ਦਫ਼ਤਰਾਂ ਦੇ ਘਰਿਓ ਕਰੇ ਨੇ ਸਾਰੇ ਪੰਜਾਬ ਦੇ ਵਿੱਚ। ਸਾਡੀ ਖਰੀਦ ਤਾਂ ਕੀ ਕਰਨੀ ਸੀ, ਮੰਡੀ ਕਰਨ ਤਾਂ ਸਾਡਾ ਪਹਿਲਾਂ ਹੀ ਤੋੜ ਰਹੇ ਨੇ, ਸਾਡਾ ਆੜਤੀਆਂ ਨਾਲ 9 ਮਾਸ ਦਾ ਰਿਸ਼ਤਾ ਸੀ ਉਹ ਤੋੜ ਰਹੀ ਹੈ ਸਰਕਾਰ। ਅਸੀਂ ਤਾਂ ਪਹਿਲਾਂ ਹੀ ਬਹੁਤ ਦੁਖੀ ਹੋਏ ਪਏ ਤੇ, ਪਰ ਹੁਣ ਇਹਨਾਂ ਨੇ ਨਵਾਂ ਕੰਮ, ਸਾਡੀ ਕਣਕ ਦਾ ਰੇਟ ਤਾਂ ਕੀ ਦੇਣਾ ਸੀ ਉਹਨੂੰ, ਹੁਣ ਖਰੀਦ ਤੋਂ ਵੀ ਨਾਂਹ ਕਰ ਰਹੇ ਨੇ। ਸਾਡੀ ਫਸਲ ਅੱਜ ਘਰੇ ਹੋਣ ਨੂੰ ਤਿਆਰ ਆ, ਉੱਤੋਂ ਮੌਸਮ ਖਰਾਬ ਆ।
ਅਸੀਂ ਖਰੀਦ ਉਹ ਜੇ ਅਸੀਂ ਸਾਡੀ ਖਰੀਦ ਹੋ ਜਾਂਦੀ ਫਿਰ ਕਹਿੰਦੇ ਨੇ ਬਾਰਦਾਨਾ ਨਹੀਂ। ਅਸੀਂ ਤਾਂ ਪਹਿਲਾਂ ਹੀ ਮੰਡੀਆਂ 'ਚ ਰੋ ਰੋ ਕੇ ਬਹੁਤ ਹੈਰਾਨ ਹੋਏ ਪਿਆ, ਦੁਖੀ ਪਰੇਸ਼ਾਨ ਹੋਏ ਪਿਆ। ਸਾਨੂੰ ਇੱਕ ਸਾਲ ਹੋ ਗਿਆ ਧਰਨੇ ਮੁਜ਼ਾਹਰੇ ਕਰਦਿਆਂ ਨੂੰ, ਦਿੱਲੀ ਗਿਆ ਨੂੰ ਸਾਨੂੰ 4-5 ਮਹੀਨਾ ਲੱਗ ਗਿਆ। ਅਸੀਂ ਤਾਂ ਪਹਿਲਾਂ ਹੀ ਬਹੁਤ ਕਿਸਾਨ ਦੁਖੀ ਕਰਿਆ ਪਿਆ, ਆਹ ਨਵੇਂ ਕਾਨੂੰਨ ਕਦੇ ਬਿਜਲੀ ਬਿੱਲ ਲਿਆਉਂਦਾ, ਕਦੇ ਆਹ ਖੇਤੀ ਕਾਨੂੰਨ ਨਾਲ ਮੰਡੀਕਰਨ ਤੋੜਤਾ ਸਾਡਾ, ਇਹਨੇ ਸਾਨੂੰ ਉਦੋਂ ਵੀ ਜ਼ਿਆਦਾ ਦੁਖੀ ਕਰਤਾ ਇਹ ਸਰਕਾਰ ਨੇ। ਅਸੀਂ ਇਹ ਸਰੋਸ ਕਰਦੇ ਹਾਂ ਵੀ ਸਾਡਾ ਸਹੀ ਰੇਟ ਮਿਲੇ ਸਾਡੀ ਕਣਕ ਦਾ, ਸਹੀ ਸਾਡਾ ਬਾਰਦਾਨਾ ਮਿਲ ਕੇ ਸਾਨੂੰ, ਸਾਡਾ ਆੜ੍ਹਤੀਆਂ ਨਾਲ ਜਿਹੜਾ 9 ਮਾਸ ਦਾ ਰਿਸ਼ਤਾ ਇਹ ਵੀ ਸਾਡਾ ਜ਼ਰੂਰੀ ਆ, ਸਾਡਾ ਮੰਡੀਕਰਨ ਵੀ ਵਧੀਆ ਜ਼ਰੂਰੀ ਆ, ਸਾਡੇ ਸਿਸਟਮ ਨਾਲ ਸਾਡੀ ਫਸਲ ਵਿਕੇ, ਸਾਡੀ ਫਸਲ ਰੁਲੇ ਨਾ, ਸਾਡੀ ਉੱਤਾਂ ਵਾਂਗੂ ਫਸਲ ਪਾਲੀ ਹੋਈ ਆ। ਅੱਜ ਜਿਹੜੀ ਸਾਡੇ ਖੇਤ ਦੇ ਵਿੱਚ ਸਾਡਾ ਦਿਨ ਰਾਤ ਨੀਂਦ ਹਰਾਮ ਹੋਈ ਪਿਆ ਜ਼ਿਆਦਾ। ਸਰਕਾਰ ਕਹਿੰਦੀ ਆ 10 ਤਰੀਕ ਨੂੰ ਮੰਡੀ ਖੋਲੂਗੀ, ਪਹਿਲਾਂ 1 ਅਪ੍ਰੈਲ ਨੂੰ ਖੁੱਲ੍ਹ ਜਾਂਦੀ ਤੀ, ਹੁਣ 10 ਨੂੰ ਕਿਉਂ ਆ? 10 ਦਿਨਾਂ ਦੇ ਵਿੱਚ ਤਾਂ ਸਾਡਾ ਮੌਸਮ ਖਰਾਬ ਆ, ਸਾਡੀ ਕਣਕ ਵੀ ਖਰਾਬ ਹੋ ਜੂ।